ਅਸਲਾਮ ਅਲੈਕੁਮ ਫਰੈਂਡਸ, ਅੱਲਾਹ ਕਾ ਸ਼ੁਕਰ ਹੈ ਕਿ ਮਿੱਟੀ ਬਿਲਕੁਲ ਖਾਲੀ ਹੋਣੇ ਸੇ ਪਹਿਲੇ ਪਹਿਲੇ ਹੀ ਕਾਮ ਬਣ ਗਿਆ ਹੈ। ਔਰ ਪਹਿਲੇ ਹਮਨੇ ਕਹਾ ਥਾ ਵਿੰਡੋ ਲਗਵਾ ਲੇ, ਲੇਕਿਨ ਵਿੰਡੋ ਇਤਨੀ ਜ਼ਰੂਰੀ ਨਹੀਂ ਲੱਗੀ ਜਿਤਨੀ ਗੰਦਮ ਹੈ। ਗੰਦਮ ਆ ਗਈ ਅੱਲਾਹ ਕਾ ਸ਼ੁਕਰ ਹੈ, ਔਰ ਬਹੁਤ ਜ਼ਰੂਰੀ ਹੈ। ਔਰ ਇਹ ਭਾਈ ਜਗ੍ਹਾ ਸਾਫ਼ ਕਰ ਲਈ ਗਈ ਹੈ, ਇਹ ਨਿਕਾਲੀ ਹੈ ਮੈਨੇ, ਅਬ ਮੈਂ ਇਸਕੋ ਧੋਊਂਗੀ। ਵਿੰਡੋ ਕੀ ਖੈਰ ਹੈ, ਲੱਗ ਜਾਏਗੀ। ਦੇਖਿਆ ਕਿਤਨੀ ਪਿਆਰੀ ਹਵਾਏ ਆ ਰਹੀਆਂ, ਰੋਸ਼ਨੀ ਵੀ, ਹਵਾ ਵੀ। ਇੱਧਰ ਬੈਠ ਕੇ ਆਰਾਮ ਸੇ ਮੈਂ ਸਾਫ਼ ਵੀ ਕਰ ਲੈਤੀ ਉੱਤੀਆਂ। ਔਰ ਇਹ ਅੱਜ ਫਰਾਈਡੇ ਹੈ ਤੋ ਮੈਨੇ ਫਿਰ ਧੋਈ ਹੈ, ਫਸਟ ਟਾਈਮ ਧੋਈ ਹੈ। ਬਹੁਤ ਮਜ਼ਾ ਆਇਆ, ਮੁਹੰਮਦ ਹਸਨ ਨੇ ਸਾਥ ਮੇਰੀ ਹੈਲਪ ਕਰਾਈ ਹੈ। ਵੈਸੇ ਤਾਂ ਮੈਂ ਵੈਸੇ ਸਾਫ਼ ਕਰਤੀ ਹੂੰ, ਲੇਕਿਨ ਧੋ ਕੇ ਬੜੀ ਪਿਆਰੀ ਸੀ ਲੱਗ ਰਹੀ ਤੀ, ਇਤਨਾ ਗੰਦਾ ਗੰਦਾ ਪਾਣੀ ਨਿਕਲਾ। ਮੈਨੇ ਕਿਹਾ ਹਮ ਕਿਆ ਖਾਤੇ ਹੈ। ਬਾਕੀ ਫਰੈਂਡਸ, ਅੱਲਾਹ ਤਾਲਾ ਸਭ ਕੇ ਪੜੋਲੋਂ ਕੋ ਗੰਦਮ ਚਾਵਲ ਸੇ ਭਰਾ ਰੱਖੇ। ਫਰੈਂਡਸ, ਅਗਰ ਆਪ ਚਾਹਤੇ ਹੈ ਕਿ ਆਪਕੋ ਯੂਕਰੇਨ ਸੇ ਆਈ ਹੋਈ ਗੰਦਮ ਨਾ ਖਾਣੀ ਪੜੇ, ਤੋ ਪਲੀਜ਼ ਸਭ ਆਪਣੇ ਆਪਣੇ ਪੜੋਲੋਂ ਕੋ ਭਰ ਲੇ।